ਡਾਕਟਰ ਜੀ ਹੁਣ ਮੈਂ ਤੁਹਾਡਾ ਇਹ ਜਾਨਣਾ ਚਾਹੁੰਦਾ ਕਿ ਜਿਹੜੇ ਲੋਕਾਂ ਨੂੰ ਤੁਸੀਂ ਮਿਲੇ ਹੋ तकरीबन ਰੋਜ਼ ਤੁਹਾਡੀ ਕਿਸੇ ਨਾ ਕਿਸੇ ਨਵੇਂ ਕਿਸਮ ਦੇ ਵਿਅਕਤੀ ਨਾਲ ਮੁਲਾਕਾਤ ਹੁੰਦੀ ਹੈ ਨਵੇਂ ਕਿਸਮ ਦੇ ਹਾਲਾਤ ਦਾ ਸਾਹਮਣਾ ਤੁਸੀਂ ਕਰਦੇ ਹੋ ਔਰ ਆਈ ਅੰਡਰਸਟੈਂਡ ਕਿ ਤੁਸੀਂ ਕਾਫੀ ਕੁਝ ਤਲਬੰਦ ਵੀ ਕੀਤਾ ਆਪਣੀ ਡਾਇਰੀ ਵਿੱਚ ਕਿ ਜਿਵੇਂ ਤੁਸੀਂ ਕਿਸੇ ਦਿਨ ਰਿਫਿਊਜੀ ਨੂੰ ਮਿਲਿਆ ਰਿਫਿਊਜੀਆਂ ਦੀ ਕਹਾਣੀ ਲਿਖੀ ਫਿਰ ਤੁਸੀਂ ਕਿਸੇ ਦਿਨ ਖੇਤ ਕਾਮਿਆਂ ਨੂੰ ਮਿਲੇ ਉਹਨਾਂ ਦੀ ਕਹਾਣੀ ਲਿਖੀ ਯਾਨੀ ਜਿਹੜਾ ਤੁਹਾਡਾ ਅਨੁਭਵ ਹੈ ਇਸ ਦੌਰ ਦੇ ਵਿੱਚ ਉਹ ਇਹੋ ਜਿਹੇ ਲੋਕਾਂ ਨਾਲ ਹੋ ਰਿਹਾ ਜਿਹੜੇ ਬਿਲਕੁਲ ਹਾਸ਼ੀਏ ਤੇ ਬੈਠੇ ਨੇ ਜਿਹੜੇ ਮਤਲਬ ਮੁਖਤਾਰਾ ਦਾ ਹਿੱਸਾ ਨਹੀਂ ਬਿਲਕੁਲ ਇਹਨਾਂ ਕਹਾਣੀਆਂ ਨੂੰ ਜਿਵੇਂ ਤੁਸੀਂ ਕਲਮ ਬੰਦ ਕਰ ਰਹੇ ਹੋ ਤੁਹਾਡੇ ਦੇ ਇਹਨਾਂ ਕਹਾਣੀਆਂ ਦਾ ਕੀ ਅਸਰ ਪਿਆ ਔਰ ਦੂਜਾ ਕਿ ਇਹ ਕਹਾਣੀਆਂ ਕੀ ਤੁਹਾਡੇ ਇਸ ਸਫ਼ਰ ਤੋਂ ਬਾਅਦ ਲੋਕਾਂ ਦੇ ਸਾਹਮਣੇ ਵੀ ਆਉਣਗੀਆਂ ਜਾਂ ਕਿਸੇ ਰਿਪੋਰਟ ਦੇ ਰੂਪ ਵਿੱਚ ਵੀ ਆਉਣਗੀਆਂ ਇਹਨਾਂ ਨਿਰਣਾਇਨਾ ਕਹਾਣੀਆਂ ਦਾ ਅਸਰ ਹੈ ਮੇਰੇ ਦੇ ਉੱਤੇ ਇੱਕ ਵਿਅਕਤੀ ਹੋਣ ਦੇ ਨਾਤੇ ਆ ਉਹ ਬਹੁਤ ਵੱਡਾ ਜਿਹੜਾ ਪਹਿਲੇ 10 ਦਿਨਾਂ ਦੇ ਸਫ਼ਰ ਦੇ ਵਿੱਚ ਬਹੁਤ ਵੱਡਾ ਅਸਰ ਹੈ ਪਹਿਲੀ ਗੱਲ ਮੈਂ ਇਹ ਕਹਿਣਾ ਕਿ ਮੈਨੂੰ ਹੁਣ ਇੱਕ ਗਰੀਬ ਵਿਅਕਤੀ ਦੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਸੰਘਰਸ਼ ਤੇ ਪੀੜਾ ਉਹਦਾ ਮੈਨੂੰ ਕਾਫੀ ਅਨਪਹਾਵਾ ਜਿਹੜਾ ਮੈਨੂੰ ਪਹਿਲਾਂ ਪਤਾ ਨਹੀਂ ਸੀ ਉਹ ਕਹਿੰਦਾ ਜਬੀ تیر ਲੱਗੇ ਤਵੀ ਰੋਸ਼ ਚਾਕੇ ਉਹ ਗੱਲ ਹੈ ਇਸੇ ਤਰੀਕੇ ਨਾਲ ਜਿਹੜਾ ਮੈਂ ਹੁਣ ਕਿਸੇ ਬਾਰੇ ਉਹਨੂੰ ਦੇਖ ਕੇ ਉਹਦੇ ਕੱਪੜੇ ਦੇਖ ਕੇ ਉਹਦੀ ਸ਼ਕਲ ਦੇਖ ਕੇ ਉਹਦੇ ਬਾਰੇ ਆਪਣਾ ਸੰਕਲਪ ਸੰਕਲਪਨੇ ਬਣਾਉਂਦਾ ਹਾਂ ਧਾਰਨਾ ਨੇ ਬਣਾਉਂਦਾ ਵੀ ਇਹ ਬੰਦਾ ਮੜਾ ਹੈ ਜਾਂ ਇਹ ਬੰਦਾ ਡਰਗੀ ਹੈ ਜਾਂ ਕੁਛ ਹੈ ਜਿੰਨੀ ਦੇਰ ਤੱਕ ਮੈਂ ਉਹਦੀ ਹਕੀਕਤ ਬਾਰੇ ਨਹੀਂ ਜਾਣਦਾ ਕਿਉਂਕਿ ਹਕੀਕਤ ਜੋ ਜਾਣਦੇ ਹਾਂ ਉਹ ਤੋਂ ਵਿਅਕਤੀ ਉਹ ਤੁਹਾਡੇ ਮੇਰੇ ਕਈ ਹੁੰਦਾ ਹੈ ਉਹਦੇ ਜ਼ਿੰਦਗੀ ਦੇ ਹਾਲਾਤ ਕੁਝ ਇਸੇ ਹੁੰਦੇ ਆ ਕਿ ਉਹਦੇ ਕਰਕੇ ਉਹਦੀ ਜਿਹੜਾ ਉਹ ਇਸ ਤਰ੍ਹਾਂ ਲੱਗਦਾ ਇਹ ਵੀ ਮੇਰੇ ਜਿਹੜੀ ਤਬਦੀਲੀ ਹੋਈ ਹੈ ਮੈਂ ਸਮਝਦਾ ਕਿ ਮੇਰੇ ਵਿੱਚ ਜਿਹੜੀ ਇੱਕ ਸਮਾਜ ਵਿੱਚ ਰਣ ਵਾਸਤੇ ਪਹਿਲਾਂ ਨਾਲੋਂ ਹਲੇਮੀ ਹੈ ਕਿਉਂਕਿ ਜਿਹੜੀ ਮੈਨੂੰ ਉਹ ਕੁਝ ਦੇਖਣ ਨੂੰ ਜਦ ਨੇੜੇ ਹੋ ਕੇ ਦੇਖਣ ਦਾ ਮੌਕਾ ਮਿਲਿਆ ਜਿਹੜਾ ਅਸੀਂ ਕਈ ਵਾਰੀ ਸ਼ੁਕਰਗੁਜ਼ਾਰ ਨਹੀਂ ਹੁੰਦੇ ਆਪਣੇ ਕਿ ਇੱਕ ਤੰਦਰੁਸਤ ਜਿਹੜੀ ਸਿਹਤ ਆ ਉਹਦਾ ਮਤਲਬ ਕੀ ਆ ਜਾਂ ਉਹਦੇ ਉਹਦੀ ਖੂਬਸੂਰਤੀ ਕੀ ਆ ਜਾਂ ਜਿਹੜੇ ਤੁਹਾਡੇ ਕੋਲੇ ਸਾਧਨ ਨੇ ਇੱਕ ਅੱਛੀ ਜ਼ਿੰਦਗੀ ਜਿਉਣ ਦੇ ਕਾਰ ਹੈ ਤੁਹਾਡੇ ਕੋਲੇ ਵਧੀਆ ਕਾਰ ਆ ਵਧੀਆ ਖਾਣਾ ਖਾਣ ਨੂੰ ਤੁਹਾਡੇ ਬੱਚੇ ਨੇ ਉਹਦਾ ਖੂਬਸੂਰਤੀ ਕੀ ਆ ਅਸੀਂ ਉਹਨੂੰ ਕਈ ਵਾਰੀ ਉਹਨੂੰ ਵੀ ਭੁੱਲ ਜਾਂਦੇ ਹਾਂ ਲੇਕਿਨ ਇਹਨਾਂ ਜਦੋਂ ਲੋਕਾਂ ਦੇ ਨੇੜੇ ਹੋ ਕੇ ਮੈਨੂੰ ਆਪਣਾ ਬੈਠ ਕੇ ਮਿਲਣ ਦਾ ਮੌਕਾ ਮਿਲਿਆ ਤਾਂ ਮੈਨੂੰ ਲੱਗਿਆ ਵੀ ਅਸੀਂ ਉਸ ਹੱਬ ਨਾਲ ਵੀ ਬੜੇ ਅਮੀਰ ਹਾਂ ਤੇ ਅਸੀਂ ਫਿਰ ਵੀ ਕਈ ਵਾਰੀ ਅਮੀਰ ਬੰਦੇ ਹੋ ਕੇ ਸਾਡੇ ਨਾਲ ਬੜੇ ਬੜੇ ਅਮੀਰ ਅਸੀਂ ਫਿਰ ਵੀ ਦੁਖੀ ਰਹਿੰਦੇ ਹਾਂ ਤੇ ਜਿਹੜਾ ਉਹਦਾ ਉਹਦਾ ਕੋਈ ਕਾਰਨ ਨਹੀਂ ਹੋਣਾ ਚਾਹੀਦਾ ਸੋ ਇਹ ਵੀ ਤਬਦੀਲੀ ਹੈ ਇੱਕ ਵਿਧਾਇਕ ਹੋਣ ਦੇ ਨਾਤੇ ਮੈਂ ਮੈਨੂੰ ਇਹ ਅੰਪ ਹੋਇਆ ਕਿ ਅਸੀਂ ਜਿਹੜਾ ਇਹ ਲੋਕ ਨੇ ਜਿਹੜੇ ਬੇਸਹਾਰਾ ਲੋਕ ਨੇ ਬੇਆਸ ਲੋਕ ਨੇ ਇਹਨਾਂ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਬੁਲੰਦ ਨੇ ਕਰ ਸਕਾਂ ਜਿਹੜੀ ਕਰਨੀ ਪੈਂਦੀ ਹੈ ਸੋ ਇਸ ਤਰ੍ਹਾਂ ਨਹੀਂ ਇਹ ਤਬਦੀਲੀਆਂ ਮੇਰੇ ਵਿੱਚ ਮੈਂ ਸਮਝਾਈਆਂ ਜਿਹੜਾ ਮੇਰਾ ਕੁੱਲ ਮਿਲਾ ਕੇ ਜਿਹੜਾ ਅਨੁਭਵ ਸੀਗਾ ਉਹ ਬੜਾ ਜਿਹਨੂੰ ਆਪਾਂ ਕਹਿੰਦੇ ਦਿਲ ਕਮਾਉ ਅੱਖਾਂ ਖੋਲਣ ਵਾਲਾ ਤੇ ਜਿਹੜਾ ਲੋਕਾਂ ਦੇ ਖੜੇ ਕਰਨ ਵਾਲਾ ਉਹ ਅਨੁਭਵ ਸੀ ਜਿਹਨੂੰ ਇਹ ਦੇਖ ਕੇ ਖਾਸ ਕਰਕੇ ਮੇਰੇ ਵਾਸਤੇ ਹੈਰਾਨੀ ਹੁੰਦੀ ਹੈ ਕਿ ਅਸੀਂ ਇੱਕ ਗਰੀਬ ਮੁਲਕ ਦੇ ਵਿੱਚੋਂ ਆਏ ਹੋਏ ਲੋਕਾਂ ਤੇ ਇੱਥੇ ਯਾ ਇਹਨਾਂ ਕੋ ਟੋਕਾ ਦਾ ਸਾਡਾ ਇਸ ਤਰ੍ਹਾਂ ਦਾ ਨਜ਼ਰੀਆ ਨਹੀਂ ਸੀ ਵੀ ਇੱਥੇ ਵੀ ਇਹ ਕੁਝ ਹੋ ਰਿਹਾ ਹੈ ਲੇਕਿਨ ਇੱਥੇ ਕੁਝ ਹੋ ਰਿਹਾ ਹੈ ਸੋ ਇਹ ਸਾਰਾ ਕੁਝ ਤੁਸੀਂ ਕਲਮ ਬੰਦ ਕਰੋਗੇ ਇਹਦੇ ਵਿੱਚ ਇਸ ਵੇਲੇ ਮੈਂ ਕਰ ਰਿਹਾ ਮੈਂ ਹਰ ਰੋਜ਼ ਦੀ ਹਰ ਰੋਜ਼ ਮੈਂ ਇੱਕ ਨਵੇਂ ਗਰੁੱਪ ਨੂੰ ਮਿਲਦਾ ਮੈਂ ਜਿਵੇਂ ਮਿਸਾਲ ਦੇ ਤੌਰ ਤੇ ਪਹਿਲਾਂ ਬੇ ਘਰਾਂ ਤੋਂ ਸ਼ੁਰੂ ਕਰਕੇ ਉਸ ਤੋਂ ਬਾਅਦ ਮੈਂ ਜਿਹੜਾ ਸਿੰਗਲ ਮਦਦ ਨੂੰ ਮਿਲਿਆ ਉਸ ਤੋਂ ਬਾਅਦ ਤਿੰਨ ਮਦਦ ਨੇ ਜਿਹੜੀਆਂ ਛੋਟੀ ਉਮਰ ਦੀਆਂ ਬੱਚੀਆਂ ਦੇ ਬੱਚੇ ਹੋ ਜਾਂਦੇ ਹਾਲਾਤ ਕੁਝ ਵੀ ਹੋਣ ਉਹ ਸਰੀ ਦੇ ਵਿੱਚ 30 ਕੁੜੀਆਂ ਨੇ ਉਹ ਵੀ ਇੱਕ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਸਕੂਲ ਦੇ ਵਿੱਚ ਸਟੂਡੈਂਟ ਨੇ ਉਹਨਾਂ ਦੇ ਚੈਲੰਜਸ ਕਿਹਾ ਨੇ ਇਸੇ ਤਰੀਕੇ ਨਾਲ ਫਾਰਮ ਵਰਕਸ ਨੂੰ ਮਿਲਿਆ ਇਸੇ ਤਰੀਕੇ ਨਾਲ ਜਿਹੜੇ ਯੂਥ ਹੈਗੇ ਜਿਹੜਾ ਨੂੰ ਘਰਾਂ ਦੇ ਵਿੱਚੋਂ ਘਰ ਛੱਡ ਜਾਂਦੇ ਆ ਘਰ ਦੇ ਹਾਲਾਤ ਕਰਕੇ ਕੁਝ ਵੀ ਕਾਰਨ ਹੋਵੇ ਮੈਂ ਉਹਨਾਂ ਨੌਜਵਾਨਾਂ ਨੂੰ ਮਿਲਿਆ ਇਸੇ ਤਰੀਕੇ ਨਾਲ ਮੈਂ ਰਿਫਿਊਜੀਜ਼ ਨੂੰ ਮਿਲਿਆ ਉਹਨਾਂ ਨੇ ਕਹਾਣੀਆਂ ਸੁਣੀਆਂ ਉਹ ਕਹਾਣੀ ਨੂੰ ਮੈਂ ਹਰ ਰੋਜ਼ ਜਿਹੜੀ ਉਹਦੀ ਸਮਰੀ ਕਮਰੇ ਚ ਆ ਕੇ ਲਿਖ ਕੇ ਉਹਨੂੰ ਮੈਂ ਆਪਣੇ ਇੰਟਰਨੈਟ ਤੇ ਪਾਉਣਾ ਲੇਕਿਨ ਇਹ ਸਾਰਾ ਸਫਰ ਤੈਅ ਕਰਨ ਤੋਂ ਬਾਅਦ ਇਹ ਸਾਰੀ ਕਹਾਣੀ ਨੂੰ ਮੈਂ ਕਿਵੇਂ ਸੁਣਾਉਂਗਾ ਮੇਰੇ ਦਿਲ ਦੇ ਵਿੱਚ ਉਹ ਸੁਣਾਉਣ ਦੀ ਇੱਕ ਜਿਹੜੀ ਸੋਚ ਜ਼ਰੂਰ ਹੈਗੀ ਹੈ ਮੈਂ ਚਾਹਨਾ ਇਸ ਕਹਾਣੀ ਨੂੰ ਥੋੜਾ ਹੋਰ ਖੁੱਲ ਕੇ ਸੁਣਾਇਆ ਜਾਵੇ ਲੇਕਿਨ ਉਹ ਕਿਸ ਰੂਪ ਦੇ ਵਿੱਚ ਹੋਏਗੀ ਉਹਦੀ ਤਸਵੀਰ ਹਲ ਤੱਕ ਮੇਰੇ ਦਿਮਾਗ ਦੇ ਵਿੱਚ ਨਹੀਂ ਕਿ ਉਹ ਕੀ ਉਹਦਾ ਰੂਪ ਹੋਏਗਾ ਪਰ ਅਸੀਂ ਜ਼ਰੂਰ ਚਾਹਾਂਗੇ ਕਿ ਤੁਹਾਡੇ ਸਫਰ ਤੋਂ ਬਾਅਦ ਅਸੀਂ ਉਹ ਕਹਾਣੀਆਂ ਸੁਣੀਏ ਕਿਉਂਕਿ ਕਹਾਣੀਆਂ ਸਾਡੇ ਸੋਚਣ ਦਾ ਨਜ਼ਰੀਆ ਬਦਲ ਦਿੰਦੀਆਂ ਹਾਂ ਕਹਾਣੀਆਂ ਘਟੋ ਘਟ ਸਾਨੂੰ ਇਸ ਗੱਲ ਇਹ ਪ੍ਰੇਰਿਤ ਦਈਆਂ ਕਿ ਅਸੀਂ ਥੋੜਾ ਜਿਹਾ ਆਪਣਾ ਸੋਚ ਕੇ ਰਾ ਵਿਸ਼ਾਲ ਕਰੀਏ ਵੇਖਣ ਦੀ ਜਿਹੜੀ ਸਾਡੀ ਯੋਗਤਾ ਉਹਨੂੰ ਵਿਸ਼ਾਲ ਕਰੀਏ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਮਾਂ ਕੱਢਣ ਦੀ ਔਰ ਐਡੀ ਵਡਮੁੱਲੀ ਜਾਣਕਾਰੀ ਦੇਣ ਦੀ ਸਾਡੀਆਂ ਸ਼ੁਭਚਾਵਾਹਾਂ ਤੁਹਾਡੇ ਨਾਲ ਅਸੀਂ ਆਸ ਕਰਦੇ ਹਾਂ ਤੁਸੀਂ ਆਪਣੀ ਮਿਸ਼ਨ ਵਿੱਚ ਜ਼ਰੂਰ ਕਾਮਯਾਬ ਹੋਵੋ ਮੈਂ ਤਾਂ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਜਿਹੜੀ ਮੇਰੀ ਕਹਾਣੀ ਹੈ ਇਹ ਮੇਰੀ ਨਹੀਂ ਲੋਕਾਂ ਦੀ ਕਹਾਣੀ ਹੈ ਲੋਕਾਂ ਦੀ ਕਹਾਣੀ ਲੋਕਾਂ ਨੂੰ ਸੁਣਾ ਰਿਹਾ ਹਾਂ ਇਹ ਹੀ ਇਹਦਾ ਪਰਪਸ ਹੈ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਰਦਾ ਤੁਸੀਂ ਸਮਾਂ ਕੱਢ ਕੇ ਇੱਥੇ ਆਏ ਔਰ ਸਭ ਤੋਂ ਜ਼ਿਆਦਾ ਮੈਂ ਸ਼ੁਕਰੀਆ ਦਾ ਅਦਾ ਕਰਨਾ ਚਾਹੁੰਦਾ ਕਮਲਜੀਤ ਉਠੰਦਾ ਜਿਹੜੇ ਕਿ ਪੰਜਾਬੀ ਕਲਮਾ ਦੇ ਸੰਚਾਲਕ ਨੇ ਔਰ ਜਿਹੜੀਆਂ ਉਹਨਾਂ ਨੇ ਨਵੀਆਂ ਪੈੜਾਂ ਪਾਈਆਂ ਨੇ ਆਪਣੇ ਪ੍ਰੋਗਰਾਮਾਂ ਨੂੰ YouTube ਰਾਹੀਂ ਲੋਕਾਂ ਤੱਕ ਪਹੁੰਚਾਇਆ ਜਾਵੇ ਸੋਸ਼ਲ ਮੀਡੀਆ ਨੂੰ ਜਿਹੜਾ ਉਹਨਾਂ ਨੇ ਵੱਲ ਦਿੱਤਾ ਸਾਡੇ ਭਾਈਚਾਰੇ ਵਿੱਚ ਉਹਦੇ ਲਈ ਵਧਾਈ ਦੇ ਪਾਤਰ ਨੇ ਕਿਉਂਕਿ ਸੋਸ਼ਲ ਮੀਡੀਆ ਦੀ ਜਿਹੜੀ ਤਾਕਤ ਹੈ ਉਹ ਘਟੋ ਘਟ ਇਹ ਦੱਸ ਰਹੀ ਹੈ ਕਿ ਜਿਹੜਾ ਮੁਖਤਰਾ ਮੀਡੀਆ ਆਪਣਾ ਕੰਮ ਜ਼ਿੰਮੇਵਾਰੀ ਨਾਲ ਨਹੀਂ ਕਰ ਰਿਹਾ ਸੋ ਜਿਹੜੀਆਂ ਗੱਲਾਂ ਮੁਖਤਰਾ ਮੀਡੀਆ ਨਹੀਂ ਕਰਦਾ ਉਹ ਸੋਸ਼ਲ ਮੀਡੀਆ ਉਭਾਰਦਾ ਉਹਦੇ ਲਈ ਮੈਂ ਸਮਝਦਾ ਕਮਲਜੀਤ ਸਿੰਘ ਜੀ ਥੰਡ ਹੋਣਾ ਨੇ ਜਿਹੜੀਆਂ ਨਵੀਆਂ ਪੈਣਾ ਪਾਈਆਂ ਉਹਦੇ ਲਈ ਮੁਬਾਰਕਬਾਦ ਦੇ ਪਾਤਰ ਨੇ ਅਖੀਰ ਵਿੱਚ ਮੈਂ ਨਾ ਹੀ ਕਹਿਣਾ ਚਾਹਾਂਗਾ ਕਿ ਤਰੱਕੀ ਦਾ ਇਹ ਅਰਥ ਨਹੀਂ ਕਿ ਸਾਡੇ ਸ਼ਹਿਰ ਜਾਂ ਸਾਡੇ ਪ੍ਰਾਂਤ ਜਾਂ ਸਾਡੇ ਦੇਸ਼ ਵਿੱਚ ਕਿੰਨੀਆਂ ਅਸਮਾਨ ਨੂੰ ਚੁੰਮ ਰਹੀਆਂ ਇਮਾਰਤਾਂ ਨੇ ਕਿੰਨੀਆਂ ਚਮਤਤਾਂ ਵਾਲੀਆਂ ਗੱਡੀਆਂ ਨੇ ਜਾਂ ਕਿੰਨੇ ਸ਼ਾਨਦਾਰ ਰਿਜ਼ੋਰਟਸ ਜਾਂ ਰੈਸਟੋਰੈਂਟਸ ਨੇ ਤਰੱਕੀ ਦਾ ਮਤਲਬ ਇਹ ਹੁੰਦਾ ਕਿ ਜਿਹੜਾ ਹੇਠਲੇ ਪੌੜੇ ਤੇ ਵਿਅਕਤੀ ਬੈਠਾ ਉਸ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਹੋ ਰਹੀਆਂ ਨੇ ਯਾਨੀ ਸੋ ਜੇਕਰ ਇਹ ਨਹੀਂ ਹੋ ਰਿਹਾ ਤਾਂ ਉਹ ਜਿਹੜੀ ਤਰੱਕੀ ਹੈ ਉਹ ਸਿਰਫ ਉਹਨਾਂ ਚੰਦ ਲੋਕਾਂ ਦੀ ਤਰ ਜਿਹੜੇ ਉਸ 1% ਬ੍ਰੈਕਟ ਵਿੱਚ ਆਉਂਦੇ ਨੇ ਜਿਨ੍ਹਾਂ ਨੇ ਕੁੱਲ ਦੌਲਤ ਕਬਜ਼ਾ ਕੀਤਾ ਹੋਇਆ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚਾਹਬਾਨ ਹੌਟ ਬਸਾਤੀ ਗਾ ਦੇ ਰਹੇ ਨੇ ਜਿਸਨ ਨੂੰ ਨੋ ਫਾਇਰ